तुस देख रहे हो विनिंग पंजाब टीवी। तुहाडे नाल आ गुरप्रीत सिंह चट्ठा, मेरे नाल ने सरदार प्रीतम सिंह खानपुर वड़ेंग। खानपुर साहब, प्रोग्राम स्वागत है जी, की हाल चाल ने? ਜੱਟਾ ਸਾਹਿਬ ਵਿਨਿੰਗ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਧੰਨਵਾਦੀ ਆ ਤੇ ਹਾਲ ਚਾਲ ਬਹੁਤ ਵਧੀਆ। ਹਾਲਾਤ ਅੱਗੇ ਨਾਲੋਂ ਗਰਮ ਹੁੰਦੇ ਜਾ ਰਹੇ ਨੇ। ਪਤਾ ਨਹੀਂ ਕਿੱਦਾਂ ਦੇ ਹਾਲਾਤ ਬਣਨੇ ਨੇ, ਰੋਜ਼ ਨਵੀਆਂ ਨਵੀਆਂ ਖਬਰਾਂ ਸੁਣ ਕੇ ਬੜੇ ਮਨ ਨੂੰ ਚਰਚਾ ਜੀ ਆਉਂਦੀ ਹੈ। ਇਹ ਹੋ ਕੀ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪਾਂ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਕੱਲ ਵੀ ਕਰੀ ਸੀਗੀ ਕਿ 28 ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਨਿਯੁਕਤ ਕੀਤੇ ਨੇ। ਉਸ ਤੋਂ ਬਾਅਦ ਪਾਰਟੀ ਦੇ ਅੰਦਰ ਧਮਾਕੇ ਹੁੰਦੇ ਨਜ਼ਰ ਆ ਰਹੇ ਨੇ, ਨਾਰਾਜ਼ਗੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ। ਖਾਨਪੁਰ ਸਾਹਿਬ, ਕੌਣ-ਕੌਣ ਨਾਰਾਜ਼ ਹੈ ਤੇ ਕੀ ਕਾਰਨ ਹੈ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਤੇ ਗੋਲਡੀ ਬਰਾੜ ਨੂੰ ਵੀ ਵੱਡਾ ਝਟਕਾ ਲੱਗਿਆ, ਕੀ ਪੁਲਿਸ ਉਸ ਨੂੰ ਗ੍ਰਿਫਤਾਰ ਕਰੇਗੀ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਚੰਡੀਗੜ੍ਹ ਦੇ ਮਸਲੇ ਤੇ, ਇੱਕ ਵਾਰ ਫਿਰ ਸਿਆਸਤ ਪੂਰੀ ਤਰ੍ਹਾਂ ਪੱਬਾ ਭਾਰ ਹੈ, ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਪਰ ਜਿਸ ਤਰੀਕੇ ਨਾਲ ਕੱਲ ਵੀ ਆਪਾਂ ਗੱਲ ਕਰੀ ਹੈ ਖਾਨਪੁਰ ਸਾਹਿਬ, ਪਹਿਲਾਂ ਇਸ ਮੁੱਦੇ ਦੀ ਗੱਲ ਕਰਦੇ ਹਾਂ ਕਿ 28 ਜ਼ਿਲ੍ਹਾ ਪ੍ਰਧਾਨ ਤਾਂ ਨਿਯੁਕਤ ਕਰ ਦਿੱਤੇ ਨੇ, ਤਾਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਲੀਡਰਾਂ ਦੀ, ਤਾਂ ਇਹ ਜਾਣਕਾਰੀਆਂ ਮਿਲੀਆਂ ਨੇ ਸਾਨੂੰ ਕਿ ਉਹਨਾਂ ਦੇ ਵਿੱਚੋਂ ਕਈਆਂ ਦੀ ਸੁਣੀ ਨਹੀਂ ਜਾਂਦੀ ਹੈਗੀ। ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਵੀ ਨਾਰਾਜ਼ ਨਜ਼ਰ ਆ ਰਹੇ ਨੇ, ਕਹਿੰਦੇ ਉਹਨਾਂ ਨੇ ਲਿਸਟ ਭੇਜੀ ਸੀਗੀ ਆਪਣੇ ਕੁਝ ਚੋਣਵੇਂ ਨਾਵਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੇ ਲਈ, ਕਹਿੰਦੇ ਉਹਨਾਂ ਚੋਂ ਇੱਕ ਵੀ ਨਹੀਂ ਬਣਾਇਆ ਹੈਗਾ। ਕਿਵੇਂ ਦੇਖਦੇ ਹੋ ਜੋ ਕੁਝ ਪਹਿਲਾਂ ਸੀ ਕਾਂਗਰਸ ਪਾਰਟੀ ਦੇ ਅੰਦਰ, ਚੋਣਾਂ ਵੇਲੇ, ਚੋਣਾਂ ਤੋਂ ਪਹਿਲਾਂ, ਚੋਣਾਂ ਤੋਂ ਬਾਅਦ, ਤਾਂ ਕੀ ਉਹੀ ਕੁਝ ਹੁਣ ਹੋਣ ਦੇ ਸਾਰ ਨੇ? ਚੱਠਾ ਸਾਹਿਬ, ਜੋ ਕੁਛ ਪਹਿਲਾਂ ਸੀ ਉਹ ਤਾਂ ਹੋ ਗਿਆ, ਉਹ ਤਾਂ ਅੱਖਾਂ ਦੇ ਸਾਹਮਣੇ ਆਪਾਂ ਦੇਖ ਲਿਆ। ਜਿਹੜਾ ਹੁਣ ਹੋਣਾ ਹੈ ਇਹ ਪਹਿਲਾਂ ਨਾਲੋਂ ਵੀ ਵੱਡਾ ਹੋਣਾ ਹੈ, ਕਿਉਂਕਿ ਵੱਡੇ ਲੀਡਰ ਤਾਂ ਪਾਰਟੀ ਛੱਡ ਕੇ ਚਲੇ ਗਏ ਨੇ। ਉਹ ਕਿਉਂ ਗਏ ਨੇ, ਉਹਨਾਂ ਨੂੰ ਵੀ ਅਣਗੌਲਿਆ, ਅਣਸੁਣਿਆ ਤੇ ਬੇਇੱਜ਼ਤ ਕੀਤਾ ਗਿਆ। ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ, ਬੜੇ ਪੁਰਾਣੇ ਲੀਡਰ ਸਨ। ਹੁਣ ਜਿਹੜੇ ਪੁਰਾਣਿਆਂ ਦੇ ਵਿੱਚੋਂ ਸਾਡਾ ਪ੍ਰਤਾਪ ਸਿੰਘ ਬਾਜਵਾ ਸਨ, ਜਿਹੜੇ LOC ਦੇ ਲੀਡਰ ਵੀ ਨੇ, ਉਹਨਾਂ ਨੇ ਰਾਜਾ ਬੜਿੰਗ ਨੂੰ 7 ਆਪਣੇ ਜਿਹੜੇ ਉਹਨਾਂ ਦੇ ਵਰਕਰ ਸੀ ਜਾਂ ਉਹਨਾਂ ਦੇ ਪ੍ਰਸ਼ੰਸਕ ਸੀ ਜਾਂ ਪਾਰਟੀ ਨਾਲ ਜੁੜੇ ਹੋਏ ਸੀ, ਨਜ਼ਦੀਕ ਸੀ, ਉਹਨਾਂ ਦੀ ਲਿਸਟ ਭੇਜੀ ਸੀ ਵੀ ਜਦੋਂ ਹੁਣ ਜ਼ਿਲ੍ਹਾ ਦੀ ਹਟ ਕੇ ਇਕਾਈਆਂ ਬਣਨੀਆਂ ਨੇ, ਇਹਨਾਂ ਬੰਦਿਆਂ ਨੂੰ ਆਪਾਂ ਇਹਨਾਂ ਜ਼ਿਲ੍ਹਾ ਦੀ ਸੇਵਾ ਦੇਣੀ ਹੈ, ਤਾਂ ਕਿ ਬਹੁਤ ਜੀ ਪੁਰਾਣੇ ਵਰਕਰ ਨੇ। ਜਦੋਂ ਲਿਸਟ ਆਈ ਉਹ 28 ਬੰਦਿਆਂ ਦੀ, ਉਹ 28 ਬੰਦਿਆਂ ਦੇ ਵਿੱਚ ਉਸ ਦੇ ਕਿਸੇ ਵੀ ਬੰਦੇ ਦਾ ਨਾਂ ਜਿਹੜੇ ਰਿਕਮੈਂਡ ਕਰਕੇ ਵਿੱਚ ਕਿਸੇ ਦਾ ਨਾਂ ਨਾ ਹੈ, ਉਹ ਇਦਾਂ ਛੱਡੋ, ਚਲੋ ਬਾਕੀਆਂ ਦਾ ਆਉਂਦਾ, ਉਹਦਾ ਆਪਣਾ ਜਿਹੜਾ ਪਿਤਰੀ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਉੱਥੇ ਪ੍ਰਧਾਨ ਲਾਇਆ, ਉਹ ਵੀ ਉਹਨਾਂ ਦੀ ਪੁੱਛ ਤੋਂ ਬਾਹਰ ਦਾ ਲਾਇਆ, ਤੇ ਉਹ ਟੋਟਲ ਤਕਰੀਬਨ ਇਹਨਾਂ ਦਾ ਵਿਰੋਧੀ ਹੋ ਸਮਝੋ ਜਾਂ ਉਹਨਾਂ ਦੇ ਨਾਲ ਵਿਰੋਧੀ ਨਹੀਂ ਕਹਿੰਦੇ, ਉਹਨਾਂ ਦੀ ਉਹਦੇ ਨਾਲ ਬਣਦੀ ਨਹੀਂ ਹੈਗੀ। ਇਸ ਲਈ ਜਦੋਂ ਐਡੇ ਐਡੇ ਵੱਡੇ ਲੀਡਰ, ਹੁਣ ਲੀਡਰ ਰਹਿ ਕਿਹੜੇ ਗਏ ਨੇ, ਗਿਣਤੀ ਦੇ 5-7 ਲੀਡਰ ਪੁਰਾਣੇ ਰਹਿ ਗਏ ਨੇ, ਤੇ ਜੇ ਸਮਝ ਸਕਦੇ ਰਾਜਾ ਬੜਿੰਗ ਇਹ ਵੀ ਨਵਾਂ, ਉਹ ਪੁਰਾਣਿਆਂ ਦੇ ਵਿੱਚੋਂ ਕਿਸੇ ਦੀ ਕੋਈ ਨਹੀਂ ਸੁਣ ਸਕਦੀ। ਕੁਛ ਤਾਂ ਜੇਲ੍ਹ ਚਲੇ ਗਏ ਨੇ, ਉਹ ਜਿਹੜੇ ਵਿਚਾਲੇ ਬਾਹਰ ਰਹਿ ਗਏ ਨੇ ਉਹਨਾਂ ਦੀ ਉਹ ਪੁੱਛ ਗਿੱਛ ਨਹੀਂ ਹੈਗੀ। ਉਹ ਕਰਨ ਦੇ ਵਿਚਾਰੇ ਕੀ ਕਰਨ, ਸਵਾਰੇ ਬਿਆਨ ਦੇਣ ਤੋਂ ਬਿਨਾਂ ਉਹਨਾਂ ਦਾ ਕੋਈ ਕੋਈ ਰਾਸਤਾ ਨਹੀਂ ਹੈਗਾ। ਔਰ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਜਿਹੜੇ ਸਾਡੇ ਪੁਰਾਣੇ ਲੀਡਰ ਸੀ, ਪੁਰਾਣੇ ਲੀਡਰਾਂ ਦੇ ਵਿੱਚੋਂ ਇਹ ਸਿੱਧੂ ਸਰ ਗਰੁੱਪ ਦੇ ਨਾਲ, ਨਵਜੋਤ ਸਿੱਧੂ ਗਰੁੱਪ ਦੇ ਨਾਲ ਬਹੁਤ ਇਹਨਾਂ ਦਾ ਨਜ਼ਦੀਕਲਾ ਰਿਸ਼ਤਾ ਸੀਗਾ, ਨਾਲ ਦੋਸਤ ਸੀ, ਪਿਆਰ ਸੀ, ਉਹਨਾਂ ਦੀ ਜਿੱਦ ਕਰਦੇ ਸਨ ਤੇ ਹਮ ਉਮਰ ਸਨ। ਪਰ ਹੁਣ ਗੱਲ ਕੀ ਹੈ ਕਿ ਸਿੱਧੂ ਸਾਹਿਬ ਰੋਡਵਰਕਸ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਸਾਲ ਦੀ ਕੈਦ ਹੋਈ ਸੀ ਸੁਪਰੀਮ ਕੋਰਟ ਵੱਲੋਂ, ਤਕਰੀਬਨ ਅੱਧੀ ਦੇ ਤੋਂ ਨੇੜੇ ਤੇੜੇ ਉਹਨਾਂ ਦੀ ਜਿਹੜੀ ਹੈ ਉਹ ਜੇਲ੍ਹ ਪੂਰੀ ਹੋ ਚੁੱਕੀ ਹੈ। ਉਹ ਬਹੁਤ ਜਲਦੀ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਪਹਿਲਾਂ ਉਹ ਬਾਹਰ ਆ ਜਾਣਗੇ। ਤੇ ਬਾਜਵਾ ਸਾਹਿਬ ਨੇ ਕਿਹਾ ਅਸੀਂ ਬਾਹਰ ਆਉਣ ਤੋਂ ਬਾਅਦ ਦੁਬਾਰਾ ਜਿਹੜੀ ਪ੍ਰਧਾਨਗੀ ਹੈ ਪੰਜਾਬ ਦੀ ਉਹ ਨਵਜੋਤ ਸਿੰਘ ਸਿੱਧੂ ਨੂੰ ਦੇਵਾਂਗੇ, ਤਾਂ ਕਿ ਉਹ ਸਾਰੇ ਪੁਰਾਣੇ ਵਰਕਰਾਂ ਨੂੰ ਤੇ ਨਵੇਂ ਵਰਕਰਾਂ ਨੂੰ ਨਾਲ ਲੈ ਕੇ 2024 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਉਸ ਦੇ ਨਾਲ ਲਾਮਬੰਦ ਕਰੇ, ਤਾਂ ਕਿ ਕਾਂਗਰਸ ਆਪਣਾ ਪੰਜਾਬ ਦੇ ਵਿੱਚ ਚੰਗਾ ਪ੍ਰਦਰਸ਼ਨ, ਅੱਜ ਦੇ ਡੇਟ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ 0 ਦੇ ਮੁਕਾਬਲੇ ਹੈ। ਕਿਉਂਕਿ ਰਾਜਾ ਬੜਿੰਗ ਦੇ ਬਿਆਨਾਂ ਤੋਂ ਜਾਂ ਰਾਜਾ ਬੜਿੰਗ ਦੇ ਗੁੱਸੇ ਤੋਂ ਜਾਂ ਰਾਜਾ ਬੜਿੰਗ ਦੀ ਜਿਹੜੀ ਹੈਂਕੜ ਹੈ, ਇੱਕ ਨੌ ਬੜਿੰਗ ਇੱਕ ਉਂਝ ਬੜਿੰਗ ਰਹਿੰਦੇ ਨੇ ਉਹ, ਮੈਂ ਵੀ ਬੜਿੰਗਾ ਪਰ ਬੜਿੰਗ ਬੜਿੰਗਾ ਰਹਿਣ ਦਾ ਨਾਂ ਨਹੀਂ ਹੈ। ਬੜਿੰਗ ਦਾ ਹੱਲ ਹੁੰਦਾ ਕਿ ਕਿਸੇ ਦੇ ਬਲ ਕੱਢ ਦੋ, ਜੇ ਬੜਿੰਗ ਬੜਿੰਗ ਉਹਦੇ ਬਲ ਕੱਢਣ ਵਾਸਤੇ ਬੜਿੰਗ ਹੁੰਦਾ, ਤੇ ਇਸ ਲਈ ਉਹ ਕਿਸੇ ਦੇ ਬਲ ਕੱਢਦੇ ਕੱਢਦੇ ਆਪਣੇ ਹੀ ਬਲਾਂ 'ਚ ਪਏ ਹੋਏ ਨੇ। ਉਹਨਾਂ ਨੂੰ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਯੂਨਿਟੀ 'ਚ ਸ਼ਕਤੀ ਹੁੰਦੀ ਹੈ, ਯੂਨੀਅਨ 'ਚ ਸਟਰੈਂਥ। ਠੀਕ ਹੈ, ਤੁਹਾਨੂੰ ਪ੍ਰਧਾਨਗੀ ਮਿਲੀ ਹੈ, ਤਾਂ ਖਾਨਪੁਰ ਸਾਹਿਬ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਰਹੇ ਨੇ, ਪਹਿਲਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀਗਾ ਉਹਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ, ਤਾਂ ਉਸ ਤੋਂ ਬਾਅਦ ਹੁਣ ਜੇਕਰ ਦੁਬਾਰਾ ਉਹਨਾਂ ਨੂੰ ਆਪਸ਼ਨ ਮਿਲਦੀ ਹੈ ਤਾਂ ਕੀ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਕਬੂਲ ਕਰਨਗੇ ਲੱਗਦਾ ਤੁਹਾਨੂੰ? ਚੱਠਾ ਸਾਹਿਬ, ਜਿਹੜੇ ਉਹਨਾਂ ਨੂੰ ਹਟਾਉਣ ਵਾਲੇ ਸੀ, ਜਿਹੜੇ ਉਹਦੇ ਵਿਰੋਧੀ ਸਨ, ਉਹ ਮੁੱਖ ਵਿਰੋਧੀ ਦੋਏ ਸਨ,
ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਜੀ। ਕੈਪਟਨ ਅਮਰਿੰਦਰ ਸਿੰਘ ਤਾਂ ਸਨ, ਉਹ ਕਹਿੰਦੇ ਸਨ ਵੀ ਇਹ ਜਿਹੜੀ ਹੈ ਮੁੱਖ ਮੰਤਰੀ ਬਦਲੋ, ਪ੍ਰਧਾਨਗੀ ਬਦਲੋ, ਮੁੱਖ ਮੰਤਰੀ ਬਦਲੋ, ਉਹ ਬਦਲ ਗਿਆ। ਉਸ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਨਾਂ ਆਇਆ, ਹੁਣ ਬਣਾਈਏ ਤਾਂ ਬਣਾਈਏ ਕਿਹਨੂੰ, ਉਹਦੇ ਵਿੱਚ ਚਾਰ ਨਾਂ ਆਏ ਸੀਗੇ ਜਿਹਦੇ ਵਿੱਚ ਸੁਨੀਲ ਜਾਖੜ ਜੀ ਦਾ ਨਾਂ ਵੀ ਸੀਗਾ। ਸੁਨੀਲ ਜਾਖੜ ਦੇ ਨਾਂ ਦੇ ਉੱਤੇ ਸਿੱਧੂ ਸਾਹਿਬ ਨੇ ਕ੍ਰਿਟੀਸਾਈਜ਼ ਕੀਤਾ ਸੀਗਾ ਕਿ ਨਹੀਂ 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 ਇਹ ਨਹੀਂ, ਇਸ ਉੱਤੇ ਬਿਆਨ ਦੇ ਦਿੱਤਾ ਸੀ ਅੰਬਿਕਾ ਸੋਨੀ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਜਿਹੜਾ ਹੈ ਕੋਈ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ, ਉਹ ਕੰਟਰੋਲ ਨਹੀਂ ਕਰ ਸਕਦਾ। ਇਹ ਵੀ ਬਹੁਤ ਇੱਕ ਹਾਸੋਹੀਣਾ ਅਤੇ ਇੱਕ ਸਮਝਦਾ ਅਸਲੀਅਤ ਤੋਂ ਗਿਰਿਆ ਹੋਇਆ, ਕਿਉਂਕਿ ਪੰਜਾਬ ਸਾਰੇ ਧਰਮਾਂ ਦਾ, ਸਾਰੇ ਫਿਰਕਿਆਂ ਦਾ, ਹਰ ਇੱਕ ਦਾ ਸਾਂਝਾ ਸਰਮਾਰ ਹੈ। ਉਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਰਲ ਮਿਲ ਬੈਠੋ, ਭਾਈ ਭਾਈ, ਕੋਈ ਕਿਸੇ ਨਾਲ ਹਿੰਦੂ। ਗੋਪੀ ਚੰਦ ਭਾਰਗਵ ਵੀ ਇੱਥੇ ਮੁੱਖ ਮੰਤਰੀ ਬਣੇ ਸੀ ਜੁਆਇੰਟ ਪੰਜਾਬ ਦੇ ਵਿੱਚ, ਅਤੇ ਰਾਮ ਕਿਸ਼ਨ ਚੌਧਰੀ, ਰਾਮ ਕਿਸ਼ਨ ਵੀ ਪ੍ਰਧਾਨ ਮੁੱਖ ਮੰਤਰੀ ਬਣੇ ਸੀਗੇ। ਇਹ ਨਵੀਂ ਗੱਲ ਕਿ ਨਹੀਂ ਬਣ ਸਕਦਾ, ਬਣ ਸਕਦਾ ਸੀ, ਲੇਕਿਨ ਐਨ ਸਿਰੇ ਦੇ ਉੱਤੇ ਉਹਨਾਂ ਦੀ ਬੇੜੀ ਦੇ ਵਿੱਚ ਪੱਟੇ ਪਾਉਣ ਵਾਲੇ ਸੀਗੇ ਜਿਹੜੇ, ਉਹ ਨਵਜੋਤ ਸਿੱਧੂ ਸੀ, ਉਹ ਵੀ ਉਹਨਾਂ ਦੇ ਵਿਰੋਧੀ ਸੀਗੇ ਸੁਨੀਲ ਜਾਖੜ ਦੇ, ਉਹਨਾਂ ਨੇ ਵੀ ਕਿਹਾ ਸੀਗਾ, ਲੇਕਿਨ ਉਹ ਸਾਰੇ ਵਿਰੋਧੀ ਬਾਹਰ ਚਲੇ ਗਏ ਨੇ। ਹੁਣ ਜਿਹੜਾ ਖੇਮਾ, ਤਾਂ ਖੇਮਾ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਖੇਮਾ, ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦੇ ਕੇ ਸਿੱਧੂ ਸਾਹਿਬ ਨੂੰ ਮੁੜ ਕੇ ਪ੍ਰਧਾਨਗੀ ਦੀ ਔਫਰ ਕੀਤੀ ਹੈ। ਬਾਕੀ ਬਾਹਰ ਆਉਣ ਤੋਂ ਬਾਅਦ ਸੀਨੀਅਰ ਕਾਂਗਰਸ ਦੀਆਂ ਬਹੁਤ ਬਦਲਣ ਗਈਆਂ, ਕਿਉਂਕਿ ਇੱਕ ਤਾਂ ਉਹਨਾਂ ਨੇ ਸਿੱਧੂ ਸਾਹਿਬ ਨੇ ਜੇਲ੍ਹ ਦੇ ਵਿੱਚ ਅੰਤਮ ਚਿੰਤਨ ਕੀਤਾ, ਆਪਣੇ ਆਪ ਝਾਤ ਮਾਰੀ ਹੈ, ਜਿਹੜਾ ਉਹਨਾਂ ਵਿੱਚ ਗੁੱਸਾ ਆਉਂਦਾ ਸੀ ਜਾਂ ਬੜਾ ਲਲਕਾਰ ਕੇ ਬੋਲ ਸੀ, ਉਹਨਾਂ 'ਚ ਵੀ ਹੁਣ ਨਿਮਰਤਾ ਆਈ ਹੋਈ ਹੈ, ਉਹ ਕਾਫ਼ੀ ਉਹਨਾਂ 'ਚ ਚੇਂਜ ਆਈ ਹੋਊਗੀ। ਹੁਣ ਇਸ ਆਉਣ ਤੋਂ ਬਾਅਦ ਜਿੱਦਾਂ ਹੁੰਦਾ ਨਾ ਸੋਨਾ ਕੁੜਾਲੀ ਦੇ ਵਿੱਚ ਪੈ ਕੇ ਜਿਹੜਾ ਉਹਦੇ ਵਿੱਚ ਮਲੰਮਾ ਹੁੰਦਾ ਉਹ ਨਿਕਲ ਜਾਂਦਾ, ਹੁਣ ਪਿਓਰ ਸੋਨਾ ਰਹਿ ਜਾਂਦਾ। ਹੋ ਸਕਦਾ ਸਿੱਧੂ ਸਾਹਿਬ ਅੰਦਰੋਂ ਇੱਕ ਸੋਨਾ, ਇੱਕ ਵਧੀਆ ਹੀਰਾ ਆ, ਵਧੀਆ ਮੋਤੀ ਬਣ ਕੇ ਬਾਹਰ ਨਿਕਲਣ, ਅਤੇ ਪਾਰਟੀ ਨੂੰ ਜਥੇਬੰਦ ਕਰਨ ਦੇ ਲਈ ਉਹ ਦਿਨ ਰਾਤ ਇੱਕ ਕਰਨਗੇ, ਕਿਉਂਕਿ ਪਾਰਟੀ ਨਾਲ ਉਹ ਅੱਜ ਤੋਂ ਨਹੀਂ, ਉਹਨਾਂ ਦੇ ਫਾਦਰ ਸਾਹਿਬ ਤੋਂ ਲੈ ਕੇ ਉਹ ਪਾਰਟੀ ਨਾਲ ਜੁੜੇ ਹੋਏ ਨੇ। ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਕਾਂਗਰਸ ਦੀ ਜਿਹੜੀ ਦਿਸ਼ਾ ਅਤੇ ਦਸ਼ਾ ਦੋਨੇ ਬਦਲਣਗੀਆਂ, ਉਹਦੇ ਆਉਣ ਤੋਂ ਬਾਅਦ ਹੀ ਸਾਰਾ ਪਾਰਟੀ ਨਿਰਣਾਇਕ ਫੈਸਲਾ ਹੋਏਗਾ। ਬਿਲਕੁਲ, ਤਾਂ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਕਦੋਂ ਆਪਣੀ ਸਜ਼ਾ ਕੱਟ ਕੇ ਬਾਹਰ ਆਉਂਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਜ਼ਿੰਮੇਵਾਰੀ ਹੈ ਕਾਂਗਰਸ ਪਾਰਟੀ ਦਿੰਦੀ ਹੈ। ਨਾਲ ਹੀ ਖਾਨਪੁਰ ਸਾਹਿਬ ਗੱਲਬਾਤ ਕਰਾਂਗੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਮਾਹੌਲ ਬਣਿਆ ਹੋਇਆ ਹੈ, ਖਾਸ ਤੌਰ ਦੇ ਉੱਤੇ ਗੈਂਗਸਟਰਵਾਦ ਨੂੰ ਲੈ ਕੇ ਖਬਰਾਂ ਸਾਹਮਣੇ ਆਉਂਦੀਆਂ ਸੀਗੀਆਂ, ਤੇ ਕਈ ਘਟਨਾਵਾਂ ਦੇ ਵਿੱਚ ਗੋਲਡੀ ਬਰਾੜ ਦਾ ਜ਼ਿਕਰ ਜ਼ਰੂਰ ਆਉਂਦਾ ਸੀਗਾ। ਉਹ ਵਿਦੇਸ਼ ਬੈਠਾ ਹੈ, ਕੈਨੇਡਾ ਬੈਠਾ, ਤੇ ਕਹਿੰਦੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਕਿ ਹੁਣ ਜਲਦੀ ਪੰਜਾਬ ਪੁਲਿਸ ਉਸਨੂੰ ਪੰਜਾਬ ਲੈ ਕੇ ਆਏਗੀ, ਤਾਂ ਕਿਵੇਂ ਦੇਖਦੇ ਹੋ, ਕਿੰਨਾ ਕੁ ਜਿਹੜਾ ਚੁਣੌਤੀ ਭਰਿਆ ਰਹੂਗਾ ਇਹ? ਚੱਠਾ ਸਾਹਿਬ, ਪੰਜਾਬ ਦੇ ਹਾਲਾਤ ਦਿਨ ਪਰ ਦਿਨ ਮਾੜੇ ਹੁੰਦੇ ਜਾ ਰਹੇ, ਗੈਂਗਸਟਰ ਦਾ ਪੂਰਾ ਇਸ ਟਾਈਮ ਬੋਲਬਾਲ ਹੈ, ਕੋਈ ਨਾ ਕੋਈ ਰੋਜ਼ ਮਰਡਰ ਕਿਸੇ ਰੂਪ ਵਿੱਚ ਕਿਸੇ ਥਾਂ 'ਤੇ ਕਿਸ ਤਰ੍ਹਾਂ ਹੁੰਦਾ, ਇਹ ਤਕਰੀਬਨ ਹੁੰਦੇ ਰਹਿੰਦੇ। ਪਿੱਛੇ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਹੋਇਆ ਸੀ, ਜਿਹੜਾ ਕਿ ਉਸ ਕੇਸ ਦੇ ਵਿੱਚ ਸੀਗਾ, ਬੇਅਦਬੀ ਕੇਸ ਦੇ ਵਿੱਚ ਉਹ ਜ਼ਮਾਨਤ 'ਤੇ ਬਾਹਰ ਆਏ ਹੋਏ ਸੀਗੇ, ਉਹਨਾਂ ਦਾ ਕਤਲ ਹੋਇਆ ਸੀ। ਕਤਲ ਕਰਨ ਵਾਲੇ ਜੋ ਸੀਸੀ ਕੈਮਰੇ ਦੇ ਵਿੱਚ ਆਪਾਂ ਦੇਖਿਆ, 6 ਸ਼ੂਟਰ ਸਨ, 6 ਦੇ ਵਿੱਚੋਂ 5 ਪੰਜਾਬ ਪੁਲਿਸ ਨੇ ਅਤੇ ਦਿੱਲੀ ਪੁਲਿਸ ਨੇ ਰਲ ਕੇ ਉਹਨਾਂ ਨੂੰ 5 ਨੂੰ ਤਾਂ ਅਰੈਸਟ ਕਰੇ, 6 ਜਿਹੜਾ ਸ਼ੂਟਰ ਸੀਗਾ ਇਹ ਰਮਜਾਨ ਉਰਫ ਰਾਜੂ ਰੁਦਰ, ਇਹਨੂੰ ਵੀ ਕੇਂਦਰੀ ਪੁਲਿਸ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈ, ਅਤੇ ਇਹਦੇ ਅਰੈਸਟ ਕਰਨ ਦੇ ਨਾਲ ਇਹ ਮੰਨਿਆ ਕਿ ਸਾਨੂੰ ਜੋ ਵੀ ਗਾਈਡਲਾਈਨ ਮਿਲਦੀ ਸੀ, ਜੋ ਵੀ ਸਾਨੂੰ ਇੰਸਟਰਕਸ਼ਨਾਂ ਮਿਲਦੀਆਂ ਸੀ, ਜੋ ਵੀ ਸਾਨੂੰ ਹੁਕਮ ਮਿਲਦਾ ਸੀ, ਇਹ ਗੋਲਡੀ ਬਰਾੜ ਕੈਨੇਡਾ ਵਿੱਚ ਬੈਠੇ ਨੇ, ਉਹਨਾਂ ਦੇ ਹੁਕਮ ਦੇ ਨਾਲ ਅੱਗੇ ਚੱਲਦਾ ਸੀ, ਉਹਨਾਂ ਦੀ ਟੀਮ ਸਾਨੂੰ ਹੁਕਮ ਦਿੱਤੀ ਸੀ। ਹੁਣ DGP ਗੌਰਵ ਯਾਦਵ ਜੀ ਨੇ ਕੱਲ੍ਹ ਮੀਟਿੰਗ ਕਰਕੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਕਿ ਜਿੰਨੇ ਵੀ ਪੰਜਾਬ ਤੋਂ ਬਾਹਰ ਕਿਸੇ ਵੀ ਦੇਸ਼ ਦੇ ਵਿੱਚ ਵਾਂਟਿਡ ਬੰਦੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਕੇਸ ਦੇ ਵਿੱਚ ਇਨਵੋਲਵੇਸ਼ਨ ਹੈ, ਜਿਨ੍ਹਾਂ ਦੇ ਕਰਕੇ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਲਿਆ ਕੇ ਉਹਨਾਂ 'ਤੇ ਕੇਸ ਚਲਾਇਆ ਜਾਏਗਾ। ਇਹ ਬਹੁਤ ਲੰਮੇ ਪ੍ਰੋਸੀਜਰ ਨੇ, ਲੰਮੇ ਫੀਸ ਦੇਖ ਲਓ, ਜਿਹੜਾ ਹਿੰਦੁਸਤਾਨ ਦੇ ਬੈਂਕਾਂ ਦੇ ਵਿੱਚ ਅਰਬਾਂ ਰੁਪਈਆ ਲੈ ਕੇ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ, ਉਹਨਾਂ ਨੂੰ 7-7, 8-8 ਅਜੇ ਉਹ ਨਹੀਂ ਫੜੇ ਗਏ, ਉਹਨਾਂ ਤੇ ਰੈੱਡ ਕਾਰਨਰ ਵੀ ਸਭ ਕੁਛ ਹੋਇਆ, ਰੈੱਡ ਕਾਰਨਰ ਵੀ ਹੋਇਆ ਹੋਇਆ, ਇੰਟਰਪੋਲ ਤੱਕ ਵੀ ਗੱਲ ਹੋਈ ਹੋਈ ਹੈ, ਲੇਕਿਨ ਅੱਜ ਤੱਕ ਸਾਡੀ ਹਿੰਦੁਸਤਾਨ ਸਰਕਾਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਹਿੰਦੁਸਤਾਨ 'ਚ ਲਿਆਉਣ ਦੇ ਵਿੱਚ ਕਾਮਯਾਬ ਨਹੀਂ ਹੋਈ। ਹਾਲਾਂਕਿ ਸਾਡੇ ਮੋਦੀ ਜੀ ਪ੍ਰਾਈਮ ਮਿਨਿਸਟਰ, ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੈ,
ਤੇ ਜਿਹੜਾ ਹੁਣ G20 ਬਣਿਆ ਉਹਦੀ ਵੀ ਪ੍ਰਧਾਨਗੀ ਉਹਨਾਂ ਨੂੰ ਅਗਲੇ ਸਾਲ ਵਾਸਤੇ ਮਿਲ ਗਈ ਹੈ। ਪਰ ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਉਹਨਾਂ ਤੋਂ ਹੋ ਜੂਗੀ ਜਿਹੜੇ ਬੈਂਕ ਘਟਾਲਿਆਂ ਦੇ ਵਿੱਚ ਅਰਬਾਂ ਖਰਬਾਂ ਰੁਪਈਏ ਦਾ ਪੈਸਾ ਬੈਂਕਾਂ ਨੂੰ ਲੁੱਟ ਕੇ ਬੈਂਕਾਂ ਨੂੰ ਦਿਵਾਲੀਆ ਕਰਕੇ ਕੋਈ ਇੰਗਲੈਂਡ ਬੈਠਾ, ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ, ਅਲੱਗ ਅਲੱਗ ਦੇਸ਼ਾਂ ਵਿੱਚ ਬੈਠੇ ਨੇ, ਉਹਨਾਂ ਨੂੰ ਨਹੀਂ ਅਜੇ ਤੱਕ ਲਿਆ ਸਕੀ ਤਾਂ ਇਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ। ਮੈਂ ਕਹਿੰਦਾ ਅੱਛੀ ਗੱਲ ਹੈ, ਕੋਈ ਵੀ ਬੰਦਾ ਜਿਹੜਾ ਹਿੰਦੁਸਤਾਨ ਨਾਲ ਪੰਜਾਬ ਨਾਲ ਗਦਾਰੀ ਕਰਦਾ ਹੈ ਜਾਂ ਪੰਜਾਬ ਦੇ ਲੋਕਾਂ ਦਾ ਧਨ ਜਾਂ ਲੁੱਟ ਕੇ ਬਾਹਰ ਲੈ ਕੇ ਜਾਂਦਾ ਹੈ ਜਾਂ ਪੰਜਾਬ ਦੇ ਵਿੱਚ ਗੜਬੜੀ ਪੈਦਾ ਕਰਦਾ ਹੈ, ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪਰ ਪ੍ਰੋਸੀਜਰ ਬਹੁਤ ਲੰਮਾ ਹੈ। ਪਹਿਲਾਂ ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਲੋਕ ਪਰਸਨਲ ਤੌਰ 'ਤੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਕਰਾਏ, ਜਿਹੜੇ ਕਿ ਬਹੁਤ ਹੀ ਪ੍ਰਧਾਨ ਮੰਤਰੀ ਦੇ ਵੀ ਨੇੜੇ ਰਹੇ ਨੇ, ਉਹਨਾਂ ਦੀ ਫੋਟੋਆਂ ਦੇਖ ਲਓ, ਪ੍ਰਧਾਨ ਮੰਤਰੀ ਦੇ ਹੋਰ ਮੰਤਰੀਆਂ ਦੇ ਨਾਲ ਇੱਦਾਂ ਘਰੇਲੂ ਫੋਟੋਆਂ ਨੇ, ਪਰ ਉਹਨਾਂ ਦੀ ਕਾਰਵਾਈ ਅਜੇ ਲੋਕਾਂ ਦੇ ਸਾਹਮਣੇ ਕੁਛ ਨਹੀਂ ਆਈ। ਅੱਛੀ ਗੱਲ ਹੈ ਜੇ ਹੋਵੇ, ਹੋਣੀ ਚਾਹੀਦੀ ਹੈ, ਇਹਦੇ ਨਾਲ ਬਹੁਤ ਫਰਕ ਪਏਗਾ ਅਤੇ ਆਰਥਿਕ ਤੌਰ 'ਤੇ ਵੀ ਫਰਕ ਪਵੇਗਾ ਅਤੇ ਐਡਮਿਨਿਸਟ੍ਰੇਟਿਵ ਤੌਰ 'ਤੇ ਵੀ ਫਰਕ ਪਵੇਗਾ। ਬਿਲਕੁਲ ਬਿਲਕੁਲ, ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਗੋਲਡੀ ਬਰਾਂਡ ਦੇ ਉੱਤੇ ਹੁੰਦੀ ਹੈ, ਜਿਸ ਤਰੀਕੇ ਨਾਲ ਪੁਲਿਸ ਦਾਵਾ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਖਾਨਪੁਰ ਸਾਹਿਬ ਗੱਲ ਕਰਾਂਗੇ, ਰਾਜਧਾਨੀ ਨੂੰ ਲੈ ਕੇ ਲਗਾਤਾਰ ਵਿਵਾਦ ਹੈ ਜਿਹੜਾ ਉਹ ਪੈਦਾ ਹੁੰਦਾ ਹੈ, ਪੰਜਾਬ ਦੀ ਸਿਆਸਤ ਵੀ ਭਖਦੀ ਨਜ਼ਰ ਆਉਂਦੀ ਹੈ ਤੇ ਉਹ ਸੈਂਟਰ ਦੀ ਸਿਆਸਤ ਵੀ ਦੇ ਉੱਤੇ ਲਗਾਤਾਰ ਭਖਦੀ ਨਜ਼ਰ ਆਉਂਦੀ ਹੈ। ਜਦੋਂ ਵੀ ਇਹ ਮੁੱਦਾ ਉੱਠਦਾ ਹੈ, ਵਿਕਰਮ ਮਜੀਠੀਆ ਨੇ ਮੁੱਦਾ ਫਿਰ ਇੱਕ ਵਾਰ ਉਭਾਰਿਆ ਤੇ ਉੱਧਰ ਵੱਖੋ ਵੱਖਰੇ ਬਿਆਨ ਸਾਹਮਣੇ ਆ ਰਹੇ ਨੇ, ਦੇ ਉੱਤੇ ਸੁਨੀਲ ਜਾਖੜ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ, ਕੇਂਦਰ ਦੇ ਉੱਤੇ ਲਗਾਤਾਰ ਹਮਲੇ ਬੋਲਦੇ ਹੁੰਦੇ ਸੀ, ਖਾਸ ਤੌਰ ਦੇ ਉੱਤੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਦੇ ਸੀਗੇ, ਤੇ ਅੱਜ ਉਹ ਦੋਵੇਂ ਪੱਖਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ, ਕਿਵੇਂ ਦੇਖਦੇ ਹੋ? ਚੱਠਾ ਸਾਹਿਬ, ਵਿਕਰਮ ਸਿੰਘ ਮਜੀਠੀਆ ਨੇ ਕੱਲ੍ਹ ਇੱਕ ਬਿਆਨ ਦਿੱਤਾ ਹੈ, ਉਹ ਬਿਆਨ ਇਹ ਹੈ ਕਿ ਹਰਿਆਣਾ ਨੇ ਆਪਣੀ ਵਿਧਾਨ ਸਭਾ ਸੈਕਟਰੀਏਟ ਲਹਿਦਾ ਬਣਾਉਣ ਵਾਸਤੇ ਸੈਂਟਰ ਨੂੰ ਅਪੀਲ ਕੀਤੀ, ਗਵਰਨਰ ਨੂੰ ਅਪੀਲ ਕੀਤੀ, ਤੇ ਇਹ ਬਿਆਨ ਪਿੱਛੇ ਦਿੱਤਾ ਸੀ ਅੱਜ ਤੋਂ 6 ਮਹੀਨੇ ਪਹਿਲਾਂ। ਉਸੇ ਬਿਆਨ ਦੇ ਉਲਟ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਕਹਿ ਦਿੱਤਾ ਸੀਗਾ ਕਿ ਸਾਨੂੰ ਵੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ। ਬੜੀ ਹਾਸੋ ਹੋਈ ਅਖਬਾਰ, ਜਦੋਂ ਕਿ ਪੰਜਾਬ ਦਾ ਵਿਧਾਨ ਸਭਾ ਸਾਡੀ ਆਪਣੀ ਹੈ, ਚੰਡੀਗੜ੍ਹ ਸਾਡਾ ਆਪਣਾ ਹੈ, ਚੰਡੀਗੜ੍ਹ ਸਾਡੇ 29 ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ, ਇਹਦੇ ਉੱਤੇ ਸਾਡਾ ਪੱਕਾ ਹੱਕ ਹੈ, ਇਸ ਹੱਕ ਨੂੰ ਕੋਈ ਤੋੜ ਨਹੀਂ ਸਕਦਾ। ਜੇ ਆਪਾਂ ਆਪਣੇ ਆਪ ਹੀ ਹੱਕ ਛੱਡਣੇ ਸ਼ੁਰੂ ਕਰਦੇ ਵੀ ਸਾਨੂੰ ਵੀ ਜਗ੍ਹਾ ਦਿਓ, ਮਕਾਨ ਕੋਠੀ ਸਾਡੀ ਹੋਵੇ, ਅਸੀਂ ਕਿ ਸਾਨੂੰ ਇੱਕ ਕਮਰੇ ਵਾਸਤੇ ਜਗ੍ਹਾ ਦੇ ਦਿਓ, ਹੋਰ ਇਹ ਕੋਈ ਗੱਲ ਚੰਗੀ ਲੱਗਦਾ? ਉਸ ਬਿਆਨ ਦੇ ਨਾਲ ਭਗਵੰਤ ਮਾਨ ਜੀ ਦੇ ਖਿਲਾਫ਼ ਬਾਕੀ ਪਾਰਟੀਆਂ ਨੇ ਬੜਾ ਰੌਲਾ ਪਾਇਆ, ਤੇ ਉਸੇ ਸੰਦਰਭ ਦੇ ਵਿੱਚ ਸੁਨੀਲ ਜਾਖੜ ਜੀ ਨੇ ਜੋ ਬਿਆਨ ਦਿੱਤਾ, ਉਹ ਕਹਿਣ ਲੱਗਿਆ ਜਿਹੜਾ ਪੰਜਾਬ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਚੰਡੀਗੜ੍ਹ ਦੀ ਵਿਧਾਨ ਸਭਾ ਹੈ, ਜੇਕਰ ਹਰਿਆਣੇ ਨੇ ਆਪਣੀ ਕੋਈ ਲਹਿਦਾ ਵਿਧਾਨ ਸਭਾ ਬਣਾਉਣੀ ਹੈ, ਉਹ ਆਪਣੇ ਏਰੀਏ ਦੇ ਵਿੱਚ ਬਣਾਵੇ, ਆਪਣੇ ਪਿਤਰੀ ਰਾਜ ਦੇ ਵਿੱਚ ਬਣਾਵੇ। ਨਾਲ ਲੱਗਦਾ ਪੰਚਕੂਲਾ ਉਹਨਾਂ ਦਾ ਹੈਗਾ, ਪੰਚਕੂਲਾ ਨਾਲ ਲੱਗਦਾ, ਹੋਰ ਲੱਗਦਾ ਜਾਂ ਹਰਿਆਣੇ ਦੇ ਵਿੱਚ ਹੋਰ ਵੀ ਸ਼ਹਿਰ ਨੇ ਵੱਡੇ ਜਿੱਥੇ ਲੋਕਾਂ ਨੂੰ ਫਾਇਦਾ ਰਹੇ, ਉਹਦੇ ਸੈਂਟਰ 'ਚ ਬਣਾਓ ਹਰਿਆਣੇ ਦੇ ਵਿੱਚ, ਤਾਂ ਕਿ ਇੱਕ ਕੋਰਨਰ ਦੇ ਉੱਤੇ ਨਾ ਆਉਣਾ ਪਵੇ। ਇਹ ਕਹਿੰਦਾ ਵੀ ਜੇ ਇਸ ਤਰ੍ਹਾਂ ਕਰਕੇ, ਹਾਲਾਂਕਿ ਉਹ ਬੀਜੇਪੀ ਦੇ ਵਿੱਚ ਨੇ, ਬੀਜੇਪੀ ਦੇ ਵਿੱਚ ਹੁੰਦੇ ਹੁੰਦੇ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ, ਇਹ ਵੀ ਇੱਕ ਬਹੁਤ ਵੱਡਾ ਮਾਇਨਾ ਰੱਖਦਾ, ਕਿਉਂਕਿ ਜੇ ਸੱਚਾਈ ਛੁਪ ਨਹੀਂ ਸਕਦੀ, ਬਨਾਵਟ ਕੇ ਅਸੂਲੋਂ ਸੇ ਕਭੀ ਖੁਸ਼ਬੂ ਨਹੀਂ ਆਤੀ ਬਣੇ ਕਾਗਜ਼, ਸੱਚਾਈ ਤਾਂ ਸੱਚਾਈ ਹੁੰਦੀ ਹੈ, ਸੱਚਾਈ ਸੱਚਾਈ ਹੈ। ਪਰ ਮੈਂ ਕਹਿੰਦਾ ਅੱਛੀ ਗੱਲ ਹੈ ਜੇ ਅੱਜ ਵੀ ਸੁਨੀਲ ਜਾਖੜ ਦੀ ਜ਼ਮੀਰ ਕਾਇਮ ਹੈ, ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਲਈ ਕਰਦੇ ਨੇ, ਤਾਂ ਅੱਛੀ ਗੱਲ ਹੈ। ਉਹ ਕਹਿਣ ਲੱਗੇ ਜੇ ਅੱਜ ਹਰਿਆਣਾ, ਕੱਲ੍ਹ ਨੂੰ ਫਿਰ ਹਿਮਾਚਲ ਕਹੂਗਾ ਵੀ ਮੈਨੂੰ ਵੀ ਜਗ੍ਹਾ ਦਿਓ। ਇਸ ਲਈ ਸਾਡੇ ਤੋਂ ਜਿਹੜੇ ਧੱਕੇ ਨਾਲ ਹੀ ਸੈਂਟਰ ਜਿਹੜਾ ਖੋ ਜਾਂਦਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ 'ਤੇ, ਚੰਡੀਗੜ੍ਹ ਦੇ ਵਿੱਚ ਜੋ ਵੀ ਅਦਾਰੇ, ਚਾਹੇ ਉਹ ਹਾਈ ਕੋਰਟ ਹੈ, ਚਾਹੇ ਉਹ ਵਿਧਾਨ ਸਭਾ ਹੈ, ਚਾਹੇ ਹੋਰ ਬਣੇ ਹੋਏ ਨੇ, ਹਾਂ ਉਹ PGI ਨੇ, ਉਹ ਸਾਰੇ ਪੰਜਾਬ ਦੇ ਨੇ, ਪੰਜਾਬ ਦੇ ਕੋਲ ਹੀ ਰਹਿਣੇ ਚਾਹੀਦੇ ਨੇ ਤੇ ਪੰਜਾਬ ਦਾ ਹੋਣਾ ਚਾਹੀਦਾ। ਬਿਲਕੁਲ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ, ਤੇ ਚੰਦ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਚੱਠਾ ਸਾਹਿਬ, ਤੁਹਾਡਾ ਹੀ ਬਹੁਤ ਧੰਨਵਾਦ, ਸਾਡੇ ਬਹੁਤ ਸਤਿਕਾਰਯੋਗ ਪ੍ਰਸ਼ੰਸਕਾਂ ਦਾ, ਸਾਡੇ ਦਰਸ਼ਕਾਂ ਦਾ, ਸਾਨੂੰ ਚੰਗੇ ਕਮੈਂਟਸ ਦੇਣ ਵਾਲਿਆਂ ਦਾ। ਮੈਂ ਤਾਂ ਇੱਕੇ ਸੰਦੇਸ਼ ਨਹੀਂ ਸਕਦਾ, ਇੱਕੇ ਬੇਨਤੀ ਕਹਿ ਸਕਦਾ ਕਿ ਆਪਾਂ ਇੱਦਾਂ ਦੇ ਵਿਵਾਦ ਪੈਦਾ ਨਾ ਖੜੇ ਕਰੀਏ ਜਿਸ ਦੇ ਨਾਲ ਆਪਸੀ ਭਾਈਚਾਰੇ ਦੇ ਵਿੱਚ, ਆਪਸੀ ਫਿਰਕਿਆਂ ਦੇ ਵਿਵਾਦ ਪੈਦਾ ਹੋਵੇ, ਕਿਸੇ ਇੱਕ ਦੂਜੇ ਤੋਂ ਨਫ਼ਰਤ ਪੈਦਾ ਹੋਵੇ, ਪੰਜਾਬ ਅਤੇ ਹਰਿਆਣੇ ਅਤੇ ਹਿੰਦੁਸਤਾਨ ਦੇ ਹਾਲਾਤ ਨਾ ਬਣ। ਇਹੀ ਬੇਨਤੀ, ਸਾਰੇ ਰਲ ਮਿਲ ਕੇ ਰਹੋ, ਸਤਿਕਾਰ ਨਾਲ ਰਹੋ, ਪਿਆਰ ਨਾਲ ਰਹੋ। ਇਹੀ ਦੁਨੀਆ 'ਤੇ ਬਹੁਤ ਥੋੜ੍ਹੇ ਸਮੇਂ ਲਈ ਅਸੀਂ ਆਏ ਹਾਂ, ਉਸ ਸਮੇਂ ਨੂੰ ਅਸੀਂ ਚੰਗੀ ਤਰ੍ਹਾਂ ਜੀਈਏ
जीए ते जोन दईए, ये मेरी बेनती। बहुत बिल्कुल बहुत बहुत शुक्रिया तुहाडा। तो साडे नाल सानू अगे सिख बुद्धिजीवी ते सियासी माहिर सरदार प्रीतम सिंह खानपुर बड़िंग साहब जिन्हां ने बहुत ही वधिया ढंग दे नाल अपना तजर्बा ते तमाम घटनावां नू लै के जिहड़ा पक्ष रखिआ। उम्मीद करदे दर्शकां नू प्रोग्राम पसंद आया होगा। कोई भी तुहाडी राय होवे साडे नाल जरूर सांझी कर सकते हो। अज दे प्रोग्राम विच फिलहाल इन्ना ही। तो इजाजत, धन्नवाद।